बिस्मिल्लाहिर्रहमानिर्रहीम। अस्सलाम वालेकुम माय यूट्यूब फैमिली, कैसे हैं आप सब? उम्मीद करती हूँ खैरियत से होंगे। अल्हम्दुलिल्लाह जी, मैं भी खैरियत हूँ। आप लोग जहाँ भी रहें, खुश रहें, आबाद रहें, हंसते मुस्कुराते रहें। जो मेरे बहन भाई देश प्रदेश से देख रहे हैं, अल्लाह पाक उन्होंने सेहत तंदुरुस्ती अता फरमाए, जो परेशान है अल्लाह पाक उन्होंने परेशानियाँ दूर फरमाए। आमीन सुआमीन। इसी ने एक दुआ के साथ आज का ब्लॉग करते हैं शुरू। तो सुबह का आगाज़ हो चुका है माशाल्लाह, प्यारी प्यारी बरकतों रहमतों वाली सुबह का आगाज़ हो चुका है। ਤੇ ਅਸੀਂ ਸੁਬਹ ਸੁਬਹ ਜਿਹੜਾ ਨਾ ਬਣਾ ਰਹੇ ਹਾਂ ਨਾਸ਼ਤਾ, ਤੇ ਜਿਹੜੇ ਮੇਰੇ ਭੈਣ ਭਾਈ ਨੇ ਨਾਸ਼ਤਾ ਕਰਨਾ ਸਾਡੇ ਨਾਲ ਆ ਕੇ ਕਰ ਸਕਦੇ ਨੇ। ਤੇ ਸੁਬਹ ਦੀ ਰੁਟੀਨ ਜਿਹੜੀ ਉਹ ਭੈਣਾਂ ਭਾਈ ਨਾਲ ਸ਼ੇਅਰ ਕਰਨੇ ਆ ਸਾਰੀ। ਤੇ ਹੁਣ ਜਿਹੜਾ ਪਰਾਂਠੇ ਬਣਾ ਰਹੀ ਹਾਂ, ਪਰਾਂਠੇ ਬਣਾ ਕੇ ਬੱਚਿਆਂ ਨੂੰ ਦੇਣੇ। ਤੇ ਸਾਲਨ ਸਾਡਾ ਜਿਹੜਾ ਗੁੰਡੀ ਦਾ ਬਣਾਇਆ ਹੈ ਉਹ ਵੀ ਮਜ਼ੇਦਾਰ, ਬੱਚਿਆਂ ਨੂੰ ਵੀ ਪਸੰਦ ਹੈ। ਪਰ ਉਹਨਾਂ ਨੇ ਉਸ ਟਾਈਮ ਚਾਹ ਚੂਹ ਨਾ ਖਾਣਾ ਹੁੰਦਾ, ਕੋਈ ਸਾਲਨ ਨਾ ਖਾਂਦੇ ਨੇ, ਕੋਈ ਚਾਹ ਨਾ। ਤੇ ਜੈਨਲੀ ਵੀ ਇੰਤਜ਼ਾਰ ਕਰ ਰਿਹਾ ਸੀ ਅਸਲਾਮ ਅਲੈਕੁਮ। ਖਾਣੇ ਦਾ ਚਾਹ ਵੀ ਨਾਲ ਪੱਕੀ ਹੋਈ ਸਾਡੀ ਹੈ, ਇੱਥੋਂ ਦਿੱਲੀ 'ਚ, ਦਿੱਲੀ 'ਚ ਚਾਹ ਵੀ ਬਣਾ ਕੇ ਰੱਖੀ ਹੋਈ ਹੈ। ਤੇ ਨਾਲ ਨਾਲ ਸਾਡਾ ਸਾਲਣ ਵੀ ਹੈ, ਪਰਾਂਠੇ ਵੀ। ਤੇ ਆ ਜਾਓ ਜਿੰਨੇ ਭੈਣਾ ਭਾਈਆਂ ਨੇ ਖਾਣਾ ਖਾਣਾ। ਅਸਲਾਮ ਅਲੈਕੁਮ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਨੇ ਮੇਰੇ ਭੈਣ ਭਾਈਆਂ? ਤਾਂ ਠੀਕ ਠਾਕ ਹੋ? ਅੱਛਾ, ਸਾਲਨ ਨਾ ਕਰਨਾ ਕਿ ਸ਼ਾਇਦ ਨਾ ਸ਼ਾਮ ਨੂੰ ਕਹਿੰਦਾ ਮੈਂ ਸਾਲਨ ਨਾਲ ਖਾਣਾ ਤੇ ਚਾਹ ਨਾਲ ਨਹੀਂ ਖਾਂਦਾ, ਸੁਬਹ ਸੁਬਹ ਚਾਹ ਨਾਲ ਖਾਣਾ। ਕਿਆ ਕਿਆ ਪਸੰਦ ਹੈ? ਚਾਵਲ ਹਾਂਜੀ, ਔਰ ਭਿੰਡੀ और वो तो पिछली बार भी आपने बताया था ना, चावल ते भिंडी ते अंडा। अब किसके साथ खाना? चाय के साथ। ओ चाय भी मुझे पसंद है। चाय भी पसंद है? लस्सी भी पसंद है। लस्सी भी पसंद है। ਬੇਗਮ ਸਾਹਿਬ ਨਾ ਅੱਜ ਜਿਹੜਾ ਨਾ ਰਾਤ ਨੂੰ ਭੂਣ ਲੜ ਗਿਆ ਮੂੰਹ ਤੇ, ਇੱਥੇ ਸੁੱਤੇ ਪਏ ਸਨ, ਰਾਤ ਸੁੱਤੇ ਪਏ ਸਨ ਤੇ ਲਾਈਟ ਬੰਦ ਹੋ ਗਈ, ਹਪਸ ਬਣ ਗਈ। ਤੇ ਸਾਡੇ ਦਰਖਤ ਤੇ ਨਾ ਸ਼ਤੂਤ ਦੇ ਉੱਪਰ ਭੂੰਡਾਂ ਦੀ ਖੱਖਰ ਹੈਗੀ, ਉਹ ਉੱਪਰੋਂ ਡਿੱਗੇ ਨੇ ਗਰਮੀ ਨਾਲ ਬੇਹੋਸ਼ ਹੋ ਕੇ, ਤੇ ਆਉਂਦਿਆਂ ਜਿਹੜਾ ਨਾ ਇਹਨਾਂ ਦੇ ਮੂੰਹ ਦੇ ਉੱਪਰ ਲੜ ਗਿਆ। ਦੇਖੋ ਮੂੰਹ ਸੁੱਜਿਆ ਹੋਇਆ। ਮੈਂ ਤਾਂ ਜ਼ਿਆਦਾ ਗੱਲਬਾਤ ਨਹੀਂ ਕਰ ਰਹੀ ਹਾਂ, ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ, ਇੱਥੇ ਦਰਦ ਹੋ ਰਹੀ ਹੈ। ਤੇ ਬਾਜ਼ੂ ਤੇ ਵੀ ਲੜਿਆ? ਹਾਂਜੀ ਬਾਜ਼ੂ ਤੇ ਵੀ ਲੜਿਆ, ਤੇ ਕੂਣੀ ਦੇ ਸਾਰ ਤੇ ਲੜਿਆ। ਹੋਰ ਤੇਰੇ ਇੱਕ ਲੱਗੇ ਹੁੰਦੇ, ਤੂੰ ਰਾਤ ਨੂੰ ਚੀਕਾਂ ਮਾਰਨੀਆਂ। ਮੈਨੂੰ ਵੀ ਪਾਪਾ ਜੀ ਰਾਤ ਨੂੰ ਇੱਕ ਸੂਈ ਲੱਗ ਗਈ ਸੀ, ਲੈ ਮੂੰਹ ਤਾਂ ਕੁੱਟ ਕੇ ਲੈ ਅੱਧਾ ਮੱਲਾ ਜਿਗਾ ਦੇ।
ਆਪਣਾ ਨਾਸ਼ਤਾ ਜਿਹੜਾ ਪਰਾਠਿਆਂ ਦਾ ਬਣ ਗਿਆ ਹੈ, ਪਰਾਠੇ ਹੋ ਗਏ ਨੇ ਪੂਰੇ, ਤੁਮ ਜਿਹੜਾ ਦਿੰਦੇ ਬੱਚਿਆਂ ਨੂੰ ਖਾਣਾ, ਇੰਨਾ ਕੁ ਆਟਾ ਰੱਖਦੇ ਨੇ ਜ਼ਿਆਦਾ ਸੀ ਫਰਿੱਜ ਵਿੱਚ। ਇਹ ਜਿਹੜਾ ਆਪਾਂ ਬਸ ਹੁਣ ਰੋਟੀਆਂ ਕਰਦੇ ਨੇ, ਇਹ ਬੇਟਾ ਵਿੱਚ ਰੱਖਿਆ ਉਹ ਉੱਥੇ ਮੱਟੀ ਦੇ ਵਿੱਚ। ਪਰਾਠੇ ਹੋ ਗਏ ਸਾਡੇ ਪੂਰੇ ਤਿਆਰ, ਅਤੇ ਹੁਣ ਬੱਚਿਆਂ ਨੂੰ ਜਿਹੜਾ ਰਾਤੀ ਪਾ ਦਿੰਦੇ ਪਾਣੀ, ਤਾਂ ਕਿ ਗਿੱਲੀ ਹੋ ਜਾਏ, ਹੁਣ ਸੌਖੀ ਹੋ ਜਾਏਗੀ। ਅੱਜ ਮੈਂ ਕੰਮ ਤੇ ਨਹੀਂ ਜਾਣਾ, ਅੱਜ ਮੈਂ ਘਰ ਹੀ। ਹਾਂਜੀ ਅੱਜ ਛੁੱਟੀ ਕੀਤੀ, ਗਰਮੀ ਬੜੀ ਤੇ ਮੈਂ ਕਿਹਾ ਰੈਸਟ ਕਰ ਲਈ। ਜਿਹਨੇ ਸਾਲਨ ਨਾ ਖਾਣਾ ਦੱਸੋ, ਸਾਲਨ ਨਾ ਖਾ ਲੋ। ਬੀਬਾ ਕਹਿ ਦੀ ਚਾਹ ਇੱਕ ਸਾਲ। ਚਲੋ ਆਪਾਂ ਚਾਹ ਵਾਲੀ ਦੇਸ਼ ਵੀ ਰੱਖ ਲੈਂਦੇ ਨੇੜੇ ਗਰਮ। ਚਲੋ ਮੈਂ ਗਰਮ ਪਾ ਕੇ ਨਾ ਕਰਦੀ ਨਾ ਸੋ। ਚਲੋ ਸੋਇਓ ਇਧਰ ਪਾ। ਬਿਸਮਿਲ੍ਲਾ ਰਹਿਮਾਨ ਜੀ। ਹਾਂ ਜੀ ਚਾਹ ਪਰਾਠਾ ਹੀ ਬਾਅਦ ਤੁਸੀਂ ਤੇ ਖਾਓ, ਭਾਈ ਹੱਥ ਧੋ ਕੇ ਆ ਜਾਂਦਾ ਤੇ ਫਿਰ ਖਾਏਗਾ। ਲਸਣ ਵਾਲੇ ਪਰਾਠਾ ਸੁਬਾ ਸੁਬਾ ਸਾਲਨ ਨਾਲ ਜਾ ਕੇ ਚੀਜ਼ ਨਾਲ ਖਾਂਦੇ ਨੀ, ਚਾਹ ਨਾਲ ਖਾਣਾ ਜ਼ਿਆਦਾ ਲਾ ਲਿਆ, ਜ਼ਿਆਦਾ ਹੀ ਲਾ ਲਿਆ। ਬਾਕੀ ਰੋਟੀਆਂ ਮੈਂ ਲੈ ਲਿਆ ਦਾ ਸੁੱਕਦੀਆਂ ਪਈਆਂ, ਹਲਾ ਵੀ ਜਾਣ ਵਾਲੀ ਉਹ ਰੋਟੀ ਜਿਹੜੀ ਪਾਤੀ ਉਹ ਘਿਓ ਵਾਲੀ ਜ਼ਿਆਦਾ ਹੈਗੀ। ਠੀਕ ਹੈ ਮੈਂ ਇੱਥੇ ਰੱਖ ਲੈਂਦੀ ਹਾਂ। ਹਲਾ ਇਹ ਤੇਰਾ ਨਾਸ਼ਤਾ ਇੱਧਰ ਆ ਜਾਂਦਾ, ਸਿਲੰਡਰ ਦੇ ਨਾਲ ਚਿੰਬੜ ਗਏ। ਚਲੋ ਜੀ ਆ ਜਾਓ, ਜਿਹੜੇ ਮੇਰੇ ਭੈਣ ਭਾਈਆਂ ਨੇ ਨਾਸ਼ਤਾ ਕਰਨਾ, ਬੱਚਿਆਂ ਨੇ ਦਿੱਤਾ ਚਾਹੇ ਪਰਾਠਾ, ਅਤੇ ਬੱਚੇ ਤਾਂ ਕਰਦੇ ਹੀ ਚਾਹੇ ਪਰਾਠੇ ਨਾਲ ਸੁਬਾਹ ਸੁਬਾਹ ਨਾਸ਼ਤਾ, ਸਾਲਣ ਮਾਵੇ ਅਸੀਂ ਜਿਹੜਾ ਮਰਜ਼ੀ ਬਣਾ ਲਈਏ, ਅਤੇ ਬੱਚਿਆਂ ਨੇ ਇਸ ਟਾਈਮ ਚਾਹੇ ਨਾਸ਼ਤਾ ਪਰਾਠਾ ਹੀ ਖਾਣਾ ਹੁੰਦਾ। ਅਤੇ ਮੇਰੇ ਭੈਣ ਭਾਈਆਂ ਨੂੰ ਕੀ ਕੀ ਪਸੰਦ ਹੈ ਉਹ ਆ ਕੇ ਖਾ ਸਕਦੇ ਨੇ, ਸਾਨੂੰ ਕਹਿ ਕੇ ਪਿੰਡ ਦਾ ਸਾਲਣ ਵੀ ਚਾਹੇ ਵੀ ਅਤੇ ਪਰਾਠੇ ਵੀ ਨੇ ਖਾ ਲਓ ਆ ਕੇ। ਅਤੇ ਹੁਣ ਮੈਂ ਆਪ ਵੀ ਕਰਨੀ ਹੈ ਅਤੇ ਮੀਆਂ ਜੀ ਨੂੰ ਦਿੰਦੇ ਨਾਸ਼ਤਾ, ਮੈਂ ਆਪਣੇ ਵਾਸਤੇ ਬਣਾ ਲਾ ਚਾਹ ਦਾ ਕੱਪ। ਆਪਣੇ ਵਾਸਤੇ ਵੀ ਤੁਸੀਂ ਨਾਸ਼ਤਾ ਤਿਆਰ ਬਣਾ ਲਓ ਨਾ, ਚਾਏ ਚਾਏ ਪਾ ਲਓ ਅਤੇ ਮੈਨੂੰ ਵੀ ਦਿਓ ਪਾ ਕੇ। ਬਾਦਲ ਮੈਨੂੰ ਕਿਹੜਾ ਅੱਜ ਜਲਦੀ,
ਚਲੋ ਚਲੋ ਜੀ, ਮੈਂ ਨਾਸ਼ਤਾ ਕਰ ਲਵਾਂ ਤੇ ਬਾਕੀ ਦੀ ਵੀਡੀਓ ਜਿਹੜੀ ਫਿਰ ਬਹੁਤ ਹੀ ਜ਼ਿਆਦਾ ਗਰਮੀ, ਇੰਨੀ ਗਰਮੀ ਪਿਛਲੇ ਕਿੰਨੇ ਸਾਲ ਜ਼ਿੰਦਗੀ 'ਚ ਗੁਜ਼ਰ ਗਿਆ ਨੇ, ਅਤੇ ਇੰਨੀ ਗਰਮੀ ਨਹੀਂ ਲੱਗੀ ਜਿੰਨੀ ਇਸ ਵਾਰੀ ਗਰਮੀ ਹੋ ਰਹੀ। ਹਾਂਜੀ ਬਹੁਤ ਜ਼ਿਆਦਾ ਗਰਮੀ ਹੈ ਸਾਰੀ। ਚਲੋ ਮੀਆਂ ਜੀ, ਹੁਣ ਨਾ ਤੁਸੀਂ ਰੱਖ ਦਿਓ ਹੋਏ ਨਾ, ਹੁਣ ਵੀਡੀਓ ਨੂੰ ਫਿਰ ਆਪਾਂ ਬਾਕੀ ਦੀ ਰੂਟੀਨ ਬਣ ਮੈਂ ਸ਼ੇਅਰ ਕਰਨੇ ਆ ਅਤੇ ਨਾਸ਼ਤਾ ਕਰ ਲਓ। ਚਲੋ ਜੀ ਦਿਓ ਫਿਰ। ਹਾਂਜੀ ਜੀ ਬੱਚੋ, ਨਾਸ਼ਤਾ ਹੋ ਗਿਆ ਤੁਹਾਡਾ ਮੁਕੰਮਲ, ਅਤੇ ਮੈਂ ਵੀ ਕਰ ਲਿਆ ਅਤੇ ਮੀਆਂ ਜੀ ਨੇ ਕਰ ਲਿਆ, ਅਤੇ ਅਸੀਂ ਹੁਣ ਜਿਹੜਾ ਨਾ ਬਰਤਨ ਵਗੈਰਾ ਗੁੰਝ ਕਿਤੇ ਖੁਰੇ 'ਤੇ ਲੈ ਚੱਲਣੇ ਆ, ਅਤੇ ਬਰਤਨ ਜਿਹੜੇ ਨੇ ਧੋ ਲਈਏ ਦੁਬਾਰਾ। ਵਾਹ ਮਾਸ਼ਾਅੱਲਾ, ਪਹਿਲੇ ਕੋਈ ਨਹੀਂ ਸੀ ਤੇ ਹੁਣ ਮਾਸ਼ਾਅੱਲਾ ਬੜੀ ਪਿਆਰੀ ਵਾਹ ਚੱਲ ਪਈ ਹੈ। ਬੇਗਮ ਸਾਹਿਬਾ ਦਾ ਮੂੰਹ ਸੁੱਜਿਆ ਸੁੱਜਿਆ ਮੋਟਾ ਮੂੰਹ, ਸਾਈਡ ਤੇ ਛੋਟਾ ਮੂੰਹ, ਇੱਕ ਸਾਈਡ ਤੇ ਬੜਾ ਮੂੰਹ। ਫਿਰ ਨਾ ਇੱਥੇ ਲੜ ਗਿਆ ਰਾਤ ਨੂੰ, ਮੂੰਹ ਤੇ ਸੁੱਤੇ ਪਿਆ ਦਿਨ ਜੀ ਚਿੰਬੜਿਆ ਤੇ ਲਾਇਆ ਵੀ ਹੈ ਇੱਥੇ ਲਾਇਆ, ਤੇ ਮੇਰੀ ਕੂਣੀ ਤੇ ਲੜ ਗਿਆ, ਮੈਂ ਬਾਜ਼ ਦੇ ਵਿੱਚ ਵੜ ਗਿਆ ਜੀ, ਪੱਟਾ ਨਾ ਨਾ ਅੱਖਾਂ ਬੰਦ ਸਨ, ਇੰਨੀ ਮੈਨੂੰ ਦਰਦ ਹੋਈ, ਮੈਂ ਤਾਂ ਚੀਖਾਂ ਛੱਡੀਆਂ ਚੰਗੀਆਂ ਤੇ ਮੈਨੂੰ ਬੜੀ ਦਰਦ ਹੋਈ। ਤੇ ਸਾਹਿਬ ਹੋਰਾਂ ਨੇ ਵੀ ਨਾਸ਼ਤਾ ਕਰ ਲਿਆ ਤੇ ਹੁਣ ਚਲੋ ਤੁਸੀਂ ਆ ਲੈ ਖੇਲੋ ਖੁੱਲੋ ਬੀਬਾ ਰਾਣੀ। ਵਾਹ ਹੁਣ ਆਈਏ ਬਾਅਦ ਵਿੱਚ ਖੇਲਣ ਦਾ ਮਜ਼ਾ ਆ, ਹੁਣ ਖੇਡ ਲਓ ਫਿਰ ਠੰਡੇ ਟਾਈਮ ਹੋਰ ਗਰਮੀ 'ਚ ਸੋ ਜਾ ਕਰੋ ਅਤੇ ਇਸ ਟਾਈਮ ਛੱਡ ਖੇਡ ਲਿਆ ਕਰੋ। ਮੈਂ ਹੁਣ ਜਿਹੜਾ ਨਾ ਕੁਝ ਭੁੰਜਾ ਕਰ ਲਵਾਂ, ਹਾਂ ਵੀ ਉਹ ਕਿਵੇਂ ਬੈਠਾ ਬੂਠਾ ਬਣਾਉਂਗੇ, ਬਸ ਖਾਣਾ ਮੈਂ ਚੱਕ ਲਵਾਂ ਅਜੇ ਹੋਰ ਖਾਣਾ, ਨਹੀਂ ਮੇਰੇ ਇਰਾਦਾ ਹੋਰ ਖਾ ਲਓ, ਨਹੀਂ 12 ਵਜੇ ਮੈਂ ਦੇਵਾਂ ਕੋਈ ਨਹੀਂ ਦੇਵਾਂਗੀ, ਠੀਕ ਹੈ। ਮੈਂ ਹੁਣ ਅਗਲਾ ਜਿਹੜਾ ਨਾਸ਼ਤੇ ਵਾਲਾ ਕੰਮ ਕਰ ਲਵਾਂ, ਰੱਖ ਦੇਵਾਂ ਬਰਤਨ ਵਗੈਰਾ ਚੁੱਕ ਤੇ, ਅਤੇ ਬੱਚਿਆਂ ਨੇ ਵੀ ਨਾਸ਼ਤਾ ਕਰ ਲਿਆ, ਬਰਤਨ ਇੱਥੇ ਰੱਖ ਦੇਣੇ, ਵਾਹ ਲੱਗਦੀ ਪਈ ਨਾ ਇੱਥੇ ਸਹੀ ਜੀ, ਹੋਰ ਕਿੱਥੇ ਰੱਖਿਆ ਫਿਰ, ਨਹੀਂ ਵਾਹ ਨਹੀਂ ਲੱਗਦੀ ਮਾਸ਼ਾਅੱਲਾ। ਚਲੋ ਜੀ ਮੈਂ ਬਰਤਨ ਰੱਖ ਲਵਾਂ ਫਟਾਫਟ, ਇਹ ਬਾ ਫੱਟੀਆਂ ਜਿਹੜੀਆਂ ਨੇ ਸਮੇਟ ਲਈ, ਪੀੜੀਆਂ ਖੜੀਆਂ ਕਰ ਲਈ ਜੀ, ਇਹ ਬਾ ਪੀੜੀਆਂ ਚੁੱਕੀ ਜਾਂਦੀ, ਆਪਾਂ ਇਹਨਾਂ ਨੂੰ ਪੀੜੀਆਂ ਕਹਿੰਦੇ ਹਾਂ, ਲੋਕੀ ਬਣਾ ਬਣਾ ਵੀ ਕਰੇ ਪੀੜੀਆਂ ਕਹਿੰਦੇ ਨੇ ਕੀ ਕਹਿਣ, ਕੋਈ ਕੋਈ ਤੇ ਮੰਜੀਆਂ ਕਹਿ ਮੰਜੀਆਂ ਨਹੀਂ, ਆ ਹੋਰ ਹੋਰ ਅੰਡਾ ਤੇ ਬੇਟਾ ਪੈਰ ਦੇ ਲੜ ਜਾਣਾ ਕਿਤੇ, ਨਾ ਉਹਦੀ ਚਟਨੀ ਬਣਾਤੀ ਤੇ ਅਸ਼ ਹੋ ਗਿਆ, ਇਹਨੂੰ ਮਾਰਨ ਕਿਹਾ ਸੀ ਚਟਨੀ ਬਣਾਉਣ ਨੇ ਕਿਹਾ ਸੀ, ਉਹ ਤੂੰ ਨਾ ਨਾ ਦੱਸ ਦੇ ਤਾਂ ਫਿਰ ਕਿਸੇ ਦੀ ਸ਼ਲਵਾਰ ਨੂੰ ਮਾਰ ਜਾਂਦੀ, ਐਵੇਂ ਕਿਤੇ ਡਿੱਗੇ ਨੇ ਉੱਤੇ ਨਾ ਖੱਖਰ ਲੱਗੀ ਐ, ਬਾਰ ਬਾਰ ਡਿੱਗੇ ਜਾਂਦੇ, ਸੁਬਾਹ ਵੀ ਮੈਂ ਮਾਰਿਆ ਇੱਕ, ਮੇਰੇ ਰਾਤੀ ਲੜਾ ਉਹ ਵੀ ਮਾਰਿਆ ਤੇ ਆਹ ਵੀ ਮਾਰਿਆ, ਉੱਤੇ ਬਹੁਤ ਹੀ ਸਾਡੇ ਮੋਡ ਨੇ ਸਾੜੇ ਬੜੇ ਨੇ, 5-6 ਖੱਖਰਾਂ ਮੈਂ ਸਾੜੀਆਂ ਨੇ, ਤੇ ਫਿਰ ਵੀ ਉਹ ਹੋਰ ਹੋ ਜਾਂਦੇ ਨੇ, ਠੰਡੀ ਜਗ੍ਹਾ ਨਾ ਤੇ ਫਿਰ ਇੱਥੇ ਚਿੰਬੜ ਜਾਂਦੇ ਨੇ, ਹੋਰ ਤੋਦੇ ਦੀ ਛਾਂ ਠੰਡੀ ਹੁੰਦੀ ਨਾ ਤਾਂ ਕਰ ਦੇ ਨਾਲ ਆ, ਤੇ ਬਾ ਜਿਹੜੇ ਕੰਧਾ ਕਾਲਜ ਵੀ ਰਹਿੰਦੇ ਨੇ ਉਹ ਵੀ ਉੱਥੇ ਆ ਜਾਂਦੇ ਪਾਰਕ 'ਚ, ਉੱਥੇ ਪਾਰਕ ਹੋਇਆ ਗੱਲਾਂ ਠੰਡਾ, ਤੇ ਮੈਂ ਬਸ ਥੋੜ੍ਹਾ ਜਿਹਾ ਬੱਕਰ ਡੱਗੜ ਰਹਿ ਗਿਆ ਨਹੀਂ ਚੁੱਕ ਲਵਾਂ, ਅੱਜ ਡੱਗੜ ਧੋਣੇ ਨੇ, ਉਹਨਾਂ ਨੂੰ ਲੈ ਚੱਲਣੇ ਖੁੱਲ੍ਹੇ ਤੇ, ਆ ਲੈ ਕੇ ਆਓ ਬੱਚਿਓ ਬੋਤਲਾਂ ਵੀ ਤੇ ਡੱਬੇ ਵੀ ਧੋਈਏ, ਬਰਤਨ ਵੇਖ
ਲਓ ਜੀ ਮਾਸ਼ਾਅੱਲਾ ਬਰਤਨ ਨੇ ਥੋੜੇ ਜਿੰਨੇ ਬਰਤਨ ਨੇ ਰੇਹੜੀ ਵਾਲੇ ਬਰਤਨ ਹਾਂਜੀ ਰੇਹੜੀ ਵਾਲੇ ਚਾਬੇ ਵੀ ਬਰਤਨ ਵੀ ਤੇ ਟੋਕਰੀਆਂ ਵਗੈਰਾ ਹਲੇ ਵੀ ਥੋੜੇ ਹਲੇ ਥੋੜੇ ਛੋਟੇ ਛੋਟੇ ਨੀਰੇ ਆਗੇ ਇਸ ਵਾਸਤੇ ਬਹੁਤ ਜ਼ਿਆਦਾ ਸਾਡੇ ਆਸਟਾ ਪਾਂਡੇ ਹੁੰਦੇ ਨੇ ਨਾਸ਼ਤੇ ਵਾਲੇ ਵੀ ਹੁੰਦੇ ਨੇ ਫਰਾਤ ਵਾਲੇ ਰੇਹੜੀ ਵਾਲੇ ਵੀ ਹੁੰਦੇ ਨੇ ਤੇ ਉਹ ਫਿਰ ਇਕੱਠੇ ਦੋਨੇ ਆ ਤੇ ਇਸ ਵਾਸਤੇ ਵਾਹ ਵਾਹ ਬਣ ਜਾਂਦਾ ਖਲਾਰਾ ਤੇ ਇੱਕ ਮੰਜੀ ਵੀ ਚੁੱਕ ਤੇ ਹੋਰ ਰੱਖੀਏ ਇੱਕ ਬਸ ਇੱਥੇ ਚੜ੍ਹ ਤੇ ਲਾ ਦਿੰਦੇ ਤੇ ਕੁੰਜੀਏ ਕੰਮ ਨੂੰ ਵਾਹ ਚੱਲੇ ਘੜੀ ਹੁਣ ਫਟਾਫਟ ਕਰ ਲਈਏ ਹੋਰ ਗਰਮੀ ਲੱਗੀ ਚਲੋ ਜੀ ਉਹ ਬੱਲੇ ਬੱਲੇ ਚਾਰ ਪਾਈ ਨੂੰ ਰੱਖੀਏ ਸਾਡੀ ਚਾਰ ਪਾਈ ਰੱਖਣ ਵਾਲੀ ਜਗ੍ਹਾ ਇੰਜ ਵੇ ਨਾ ਬੰਦਾ ਕਿਤੇ ਗਾਰ ਨੂੰ ਵੜਿਆ ਜਾਂਦਾ ਲੈ ਕੇ ਮੰਜੀ ਰੋਜ਼ ਕੱਢਣੀਆਂ ਪੈਂਦੀਆਂ ਰੋਜ਼ ਚੁੱਕੀਆਂ ਪੈਂਦੀਆਂ ਕਿਸਮਤ ਚ ਤੇਰੇ ਹੈ ਸੀ ਲੜ ਕਿਸਮਤ ਚੰਗੀ ਵੀ ਉਹ ਇੱਕ ਦੋਵਾਂ ਸਾਈਡਾਂ ਦੀ ਲੜ ਗਿਆ ਨੀ ਹੋਈ ਕਿਸਮਤ ਖਰਾਬ ਸਾਡਾ ਫਿਰ ਅੰਗੂਠਾ ਫੁੱਲਿਆ ਤੇ ਫਲਾਣਾ ਨਾ ਫਲਾਣਾ ਮੂੰਹ ਫੜਾ ਕੇ ਬੈਠਾ ਮੇਰਾ ਅੱਜ ਮੂੰਹ ਬਣਿਆ ਆਪੇ ਮੂੰਹ ਬਣ ਗਿਆ ਅੱਜ ਆਪੇ ਮੂੰਹ ਬਣ ਗਿਆ ਮੇਰਾ ਬੂਲ ਦੇ ਮੂੰਹ ਬਣਾ ਤਾ ਗੁੱਸੇ ਨਾਲ ਨਹੀਂ ਮੂੰਹ ਫੁੱਲਿਆ ਹੋਇਆ ਵੈਸੇ ਹੁਣ ਨੇ ਸਜਾਤ ਲੋਕ ਮੁੰਡੇ ਨੂੰ ਮਾਰ ਜਾਣਾ ਪੁੰਡ ਕਹਿੰਦਾ ਚਾ ਤੂੰ ਮੇਰਾ ਜੰਗ ਕਰਨਾ ਮੈਂ ਰੋਂਦੇ ਨਾਲ ਜੰਗ ਕਰਦਾ ਉਹ ਮਰ ਗਿਆ ਉਹ ਠੋਕ ਦਿੰਦਾ ਉਹਨਾਂ ਕੋਲ ਫਰਿੰਜ ਹੁੰਦੀ ਉਹ ਉਹਨੂੰ ਠੋਕ ਦਿੰਦਾ ਵੀ ਤੂੰ ਲੜਿਆ ਕਿਉਂ ਅੱਗੇ ਬਰਤਨ ਥੋੜੇ ਨੇ ਹਜੇ ਚੁੱਲ੍ਹਾ ਵੀ ਲੈ ਕੇ ਚੱਲੇ ਚੁੱਲ੍ਹਾ ਵੀ ਲੈ ਕੇ ਜਾਣਾ ਜਿਹੜੀ ਜਿਹੜੀ ਚੀਜ਼ ਅੱਗੇ ਆਈ ਨਾ ਉਹ ਸਾਰੀ ਦੋਣੀ ਚੁੱਲ੍ਹੇ ਤੇ ਫਿਰ ਉਹਨਾਂ ਚਾਹ ਚੂਹ ਡੁੱਲਦੀ ਤੇ ਉਹ ਕਿੰਨਾ ਹੀ ਚੰਗਾ ਲੱਗਦਾ ਸਾਫ਼ ਕਰਨਾ ਪੈਂਦਾ ਰੋਜ਼ ਸਾਡੇ ਚੁੱਲ੍ਹੇ ਦੀ ਟੰਗ ਟੁੱਟੀ ਉਹ ਵੱਟਾ ਦੇ ਬਰਤਨ ਵਗੈਰਾ ਮੈਂ ਰੱਖੇ ਹੀ ਆ ਨਾਸ਼ਤਾ ਵੀ ਕਰ ਲਿਆ ਹੁਣ ਐਂਡ ਕਰਨਾ ਹਾਂਜੀ ਐਂਡ ਕਰ ਦਿਓ ਵੀਡੀਓ ਹਾਂਜੀ ਹੁਣ ਸਾਡੀ ਵੀਡੀਓ ਹੋ ਰਹੀ ਹੈ ਲੰਮੀ ਤੇ ਜ਼ਿਆਦਾ ਜਿਹੜੀ ਨਹੀਂ ਦੇਖਦੇ ਵੀ ਨਹੀਂ ਪੈਣਾ ਭਰਾ ਬੋਰ ਹੋ ਜਾਂਦੇ ਵੇਖਣ ਨਾਲ ਬੋਰ ਹੋ ਜਾਂਦੇ ਪਰੇਸ਼ਾਨ ਹੋ ਜਾਂਦੇ ਨੇ ਐਡੀ ਲੰਮੀ ਪਾਈ ਕਿਉਂ ਉਹ ਤੇ ਬੋਰ ਨਾ ਹੋਏ ਉਹ ਕਿਧਰ ਮਾਲ ਹੀ ਨਿਕਲ ਸਾਹ ਵਾਲੀ ਬੜੇ ਸ਼ਤਾਨ ਕਹਿੰਦਾ ਬਹੁਤ ਬੋਰ ਨਾ ਹੋ ਜਾਣ ਪਾਣੀ ਨਾ ਬਾਹਰ ਆ ਜਾਵੇ ਚਲੋ ਜੀ ਅਸੀਂ ਵੀਡੀਓ ਦੇਖਣੀ ਐਂਡ
ਸਵੇਰ ਦੀ ਰੂਟੀਨ ਸੀ ਜਿਹੜੀ ਭੈਣਾ ਭਾਈ ਨੇ ਸ਼ੇਅਰ ਕੀਤੀ ਹੈ। ਸਾਡੀ ਵੀਡੀਓ ਅੱਛੀ ਲੱਗੀ ਤੇ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਪਿਆਰਾ ਸ ਕਮੈਂਟ ਕਰੋ। ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼।